ਅੱਜ ਸਾਡੇ ਕੋਲ ਦੋ ਨੌਜਵਾਨ ਮਹਿਮਾਨ ਆਏ ਹੋਏ ਨੇ ਅਤੇ ਇਹਨਾਂ ਵੱਲੋਂ ਬਹੁਤ ਹੀ ਵਧੀਆ ਕੰਮ ਕੀਤਾ ਜਾ ਰਿਹਾ ਹੈ, ਉਸ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ। ਸੈਵ ਸੰਸਥਾ ਤੋਂ ਆਏ ਹੋਏ ਸਾਡੇ ਮਹਿਮਾਨ ਗੈਰੀ ਅਤੇ ਨਾਲ ਉਹਨਾਂ ਦੇ ਹਨ ਸੰਦੀਪ, ਦੋਨਾਂ ਦਾ ਹੀ ਕਰਦੇ ਹਾਂ ਸਵਾਗਤ। ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਫੋਰ ਹੈਵਿੰਗ ਅਸ। ਵੈਲਕਮ। ਸੋ ਗੈਰੀ, ਤੁਹਾਡੇ ਤੋਂ ਸ਼ੁਰੂ ਹੁੰਦੇ ਹਾਂ, ਤੁਸੀਂ ਇਹ ਸੈਵ ਜਿਹੜੀ ਤੁਹਾਡੀ ਔਰਗਨਾਈਜੇਸ਼ਨ ਹੈ, ਇਹ ਕਿਸ ਤਰ੍ਹਾਂ ਇਹਦੇ ਨਾਲ ਇਨਵੋਲਵ ਹੋਏ ਅਤੇ ਤੁਸੀਂ ਕਰਦੇ ਕੀ ਹੈਗੇ? ਸੋ ਥੋੜ੍ਹਾ ਚਿਰ ਹੋਇਆ ਮੇਰੇ ਫਰੈਂਡ ਨੇ ਇਹ ਔਰਗਨਾਈਜੇਸ਼ਨ ਰੈਕਮੈਂਡ ਕੀਤੀ ਸੀ ਅਤੇ ਅਸੀਂ ਜਿੰਨਾ ਵੈਰੀ ਡਿਫਰੈਂਟ ਮੈਨਰਸ 'ਚ ਅਸੀਂ ਕਮਿਊਨਿਟੀ ਨੂੰ ਵਾਪਸ ਬੈਕ ਦਿੰਦੇ ਹਾਂ ਜੀ। ਅਸੀਂ ਕਲੋਥਿੰਗ ਡਰਾਈਵ ਐਵਰੀ ਜਿੰਨਾ ਐਨੂਅਲ ਕਲੋਥਿੰਗ ਡਰਾਈਵ ਐਵਰੀ ਵਿੰਟਰ ਟਾਈਮ ਕਰਦੇ ਹਾਂ, ਮੰਥਲੀ ਸੈਂਡਵਿਚ ਡਰਾਈਵ, ਟ੍ਰੀ ਪਲਾਂਟਿੰਗ, ਅਤੇ ਆਲਸੋ ਅਸੀਂ ਜਿਹੜੇ ਪਰਸਪੈਕਟਿਵ ਯੂਨੀਵਰਸਿਟੀ ਸਟੂਡੈਂਟਸ ਆ ਉਹਨਾਂ ਲਈ ਇਨਫੋਰਮੇਸ਼ਨ ਸੈਸ਼ਨ ਰੱਖਦੇ ਹੁੰਦੇ ਹਾਂ। ਆਪ ਕੀ ਕਰਦੇ ਹੋ ਤੁਸੀਂ? ਆਪ ਮੈਂ ਲਾਈਕ ਹੁਣ ਮੈਂ ਮੋਸਟਲੀ ਜਿਹੜਾ ਸਾਡਾ ਹੈਲਥ ਇਨਫੋ ਸੈਸ਼ਨ ਆ ਉਹ 'ਚ ਇਨਵੋਲਵ ਆ, ਕੰਟੈਂਟ ਨੂੰ ਕ੍ਰੀਏਟ ਕਰਨਾ। ਦੈਟਸ ਗ੍ਰੇਟ ਜਿਹੜਾ ਤੁਸੀਂ ਕਰ ਰਹੇ ਹੋ, ਬਟ ਤੁਸੀਂ ਆਪ ਪਰਸਨਲੀ ਕੀ ਕਰ ਰਹੇ ਹੋ ਇਸ ਸਮੇਂ? ਉਹ ਇਸ ਸਮੇਂ ਯਾ ਮੈਂ ਇਨ ਬਿਟਵੀਨ ਸਕੂਲਸ ਹਾਂ ਅਤੇ ਮੈਂ ਜਿੱਦਾਂ ਮੇਰੇ ਕੋਲ ਟਾਈਮ ਸੀਗਾ ਵਾਲੰਟੀਅਰ ਕਰਨ ਨੂੰ ਅਤੇ ਮੈਂ ਸੋਚਿਆ ਇਹ ਵਧੀਆ ਓਪਰਚੁਨਿਟੀ ਸੀ। ਵੰਡਰਫੁਲ। ਸੋ ਸੰਦੀਪ, ਇਹ ਜਿਹੜੀ ਔਰਗਨਾਈਜੇਸ਼ਨ ਹੈਗੀ, ਹੋਰ ਬਹੁਤ ਸਾਰੀਆਂ ਔਰਗਨਾਈਜੇਸ਼ਨਸ ਨੇ, ਤੁਸੀਂ ਕਿਵੇਂ ਇਹਦੇ ਨਾਲ ਇਨਵੋਲਵ ਹੋਏ ਅਤੇ ਤੁਸੀਂ ਕੀ ਕਰਦੇ ਹੈਗੇ? ਪਰਫੈਕਟ। ਸੋ ਸਾਵ ਦੀ ਮੀਨਿੰਗ ਹੈ ਸਾਊਥ ਏਸ਼ੀਅਨ ਅਲਾਇੰਸ ਵੈਨਕੂਵਰ, ਅਤੇ ਮੈਂ ਆਲਮੋਸਟ 10 ਮਹੀਨੇ ਹੋ ਗਏ ਇਨਵੋਲਵ ਹੋਈ ਨੂੰ। ਮੈਂ UBC ਤੋਂ ਗ੍ਰੈਜੂਏਟ ਹੋਈ ਹਾਂ ਕਿਨੀਸੀਓਲੋਜੀ ਦੇ ਵਿੱਚ, ਅਤੇ ਹੁਣ ਮੈਂ ਕਿਨੀਸੀਓਲੋਜਿਸਟ ਦਾ ਕੰਮ ਕਰਦੀ ਹਾਂ, ਅਤੇ ਮੈਂ ਸੋਚਿਆ ਵੀ ਮੈਂ ਆਪਣੀ ਕਮਿਊਨਿਟੀ ਨੂੰ ਹੁਣ ਬੈਕ ਕਿਵੇਂ ਦੇ ਸਕਦੀ ਹਾਂ। ਰਾਈਟ। ਸੋ ਆਹਾ ਸਾਵ ਦੀ ਸੀ ਬਾਰੇ ਜਦੋਂ ਮੈਂ ਸੁਣਿਆ ਇਹ ਪਰਫੈਕਟ ਓਪਰਚੁਨਿਟੀ ਸੀ, ਸੋ ਫਿਰ ਮੈਂ ਇਨਵੋਲਵ ਹੋ ਗਈ। ਮੇਰੇ ਫਰੈਂਡ ਨੇ ਮੈਨੂੰ ਦੱਸਿਆ ਸੀਗਾ, ਅਤੇ ਹੁਣ ਅਸੀਂ ਜਿੰਨਾ ਵੀ ਕਮਿਊਨਿਟੀ ਨੂੰ ਬੈਕ ਦੇ ਸਕਦੇ ਹਾਂ ਉਹਨਾਂ ਅਸੀਂ ਕਰੀ ਜਾਂਦੇ ਹਾਂ। ਬਹੁਤ ਸਾਰੀਆਂ ਔਰਗਨਾਈਜੇਸ਼ਨਸ ਨੇ, ਸੋਸ਼ਲ ਔਰਗਨਾਈਜੇਸ਼ਨ, ਇਟਸ ਵੈਰੀ ਗੁੱਡ ਕਿ ਆਪਣੇ ਯੰਗਸਟਰਸ ਅੱਗੇ ਆ ਕੇ ਯੂ ਨੋ ਆਪਣਾ ਟਾਈਮ ਕੱਢ ਕੇ, ਕਿਉਂਕਿ ਜਦੋਂ ਤੁਸੀਂ ਪ੍ਰੋਫੈਸ਼ਨਲ ਫੀਲਡ ਵਿੱਚ ਜਾਂਦੇ ਹੋ ਟਾਈਮ ਕੱਢਣਾ ਬੜਾ ਔਖਾ ਹੁੰਦਾ, ਸਪੈਸ਼ਲੀ ਵੈਨ ਯੂ ਆਰ ਸਟਾਰਟਿੰਗ। ਸੋ ਇਹ ਔਰਗਨਾਈਜੇਸ਼ਨ ਵਿੱਚ ਵਾਟ ਇਜ਼ ਦੈਟ ਡਿਫਰੈਂਸ ਵਾਟ ਯੂ ਫਾਊਂਡ ਇਹਦੇ ਵਿੱਚ ਜਿਹੜਾ ਕਿ ਤੁਹਾਨੂੰ ਇਹਦੇ ਵੱਲ ਯੂ ਨੋ ਖਿੱਚ ਕੇ ਲੈ ਕੇ ਆਇਆ? ਵਟ ਵੁੱਡ ਬੀ ਦੈਟ? ਉਹ ਮੇਰੇ ਵਾਸਤੇ ਸੀ ਵੀ ਅਸੀਂ ਦੂਜੇ ਸਾਊਥ ਏਸ਼ੀਅਨ ਵੈਂਡਰਸ ਦੇ ਨਾਲ ਕੰਮ ਕਰਦੇ ਹਾਂ, ਮੇਰੇ ਵਾਸਤੇ ਵੀ ਜਿੰਨਾ ਵੀ ਰੈਪੂਟੇਸ਼ਨ ਅਸੀਂ ਸਾਊਥ ਏਸ਼ੀਅਨ ਯੂਥ ਵਾਸਤੇ ਯੰਗਰ ਜਨਰੇਸ਼ਨ ਵਾਸਤੇ ਜਿੰਨਾ ਵੀ ਉਹਨਾਂ ਨੂੰ ਪੋਜ਼ਿਟਿਵ ਨਾਂ ਦੇ ਸਕਦੇ ਉਹ ਮੈਨੂੰ ਇੰਪੋਰਟੈਂਟ ਹੈ। ਓਕੇ। ਸੋ ਦੈਟਸ ਵਾਈ ਆਈ ਗਾਟ ਇਨਵੋਲਵਡ। ਰਾਈਟ। ਸੋ ਇਹ ਔਰਗਨਾਈਜੇਸ਼ਨ ਕਿੰਨੇ ਸ਼ੁਰੂ ਕਿੰਨੇ ਕੀਤੀ ਸੀ ਅਤੇ ਕਿੰਨੇ ਸਾਲ ਹੋ ਗਏ ਇਹਨੂੰ ਕੰਮ ਕਰਦੇ ਹੋਏ? ਸੋ ਆਲਮੋਸਟ 2 ਸਾਲ ਹੋ ਗਏ ਆ, ਅਤੇ ਜਿੱਦਾਂ ਯੂਨੀਵਰਸਿਟੀ ਸਟੂਡੈਂਟਸ ਨੇ ਇਹ ਔਰਗਨਾਈਜੇਸ਼ਨ ਫਾਊਂਡ ਕੀਤਾ ਸੀ। ਰਾਈਟ। ਅਤੇ ਜਿੰਨਾ ਉਹਨਾਂ ਕੋਲ ਪੈਸ਼ਨ ਆ ਜਿੱਦਾਂ ਕਮਿਊਨਿਟੀ ਨੂੰ ਜਿੱਦਾਂ ਬੈਕ ਦੇਣਾ ਅਤੇ ਵਾਲੰਟੀਅਰ ਕਰਨਾ। ਠੀਕ। ਸੋ ਸੰਦੀਪ, ਜਿਸ ਤਰ੍ਹਾਂ ਗੈਰੀ ਕਹਿ ਰਿਹਾ ਸੀ ਕਿ ਹਰ ਮਹੀਨੇ ਹੀ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਹੈ, ਸੋ ਇਹ ਇਹਦੇ ਵਿੱਚ ਫੋਕਸ ਕੀ ਹੈ ਤੁਹਾਡਾ ਸਾਹਿਬ ਦਾ? ਲਾਈਕ ਵੈਨ ਯੂ ਸੇ ਗਿਵਿੰਗ ਬੈਕ ਟੂ ਦ ਕਮਿਊਨਿਟੀ, ਕਿਹੜੇ ਕਿਹੜੇ ਤੁਹਾਡੇ ਫਰੰਟਸ ਦੇ ਉੱਤੇ ਤੁਸੀਂ ਕੰਮ ਕਰਦੇ ਹੋ ਕਿ ਸਾਰੇ ਹੀ ਫਰੰਟਸ ਦੇ ਤੁਸੀਂ ਜਿੱਥੇ ਵੀ ਮਦਦ ਹੋ ਸਕਦੀ ਉੱਥੇ ਕਰਦੇ ਹੋ? ਜਿੱਥੇ ਵੀ ਸਾਨੂੰ ਓਪਰਚੁਨਿਟੀ ਮਿਲਦੀ ਹੈ ਅਸੀਂ ਉੱਥੇ ਚੱਲ ਜਾਂਦੇ ਹਾਂ। ਸੋ ਫੋਰ ਐਗਜ਼ਾਮਪਲ, ਹਰੇਕ ਮਹੀਨੇ ਸਾਡੇ ਕੋਲ ਸੈਂਡਵਿਚ ਡਰਾਈਵ ਹੁੰਦਾ। ਦਿਸ ਮੰਥ ਸਾਡਾ ਸਪਾਂਸਰ ਸੀ ਟੇਸਟੀ ਇੰਡੀਅਨ ਬਿਸਟਰੋ, ਅਤੇ ਉਹਨਾਂ ਨੇ 500 ਸਮੋਸੇ ਡੋਨੇਟ ਕੀਤੇ ਸੀਗੇ, ਫਿਰ ਅਸੀਂ ਡਾਊਨਟਾਊਨ ਈਸਟ ਸਾਈਡ ਨੂੰ ਉਹ ਵੰਡ ਸਕਦੇ ਸੀਗੇ। ਇਨ ਦ ਪਾਸਟ ਵੀਵ ਹੈਡ ਵੈਂਡਰਸ ਸੱਚ ਐਸ ਪਿੰਕ ਓਰਕਿਡ ਸਟੂਡੀਓ, ਡੈਸਪਲ ਐਂਟਰਟੇਨਮੈਂਟ, ਜਸਟ ਕੇਕਸ BC, ਜਸਟ ਟੂ ਨੇਮ ਅ ਫਿਊ। ਸੋ ਵੀ ਕੋਲਾਬੋਰੇਟ ਵਿਦ ਦਮ ਟੂ ਗਿਵ ਬੈਕ। ਓਕੇ। ਵੈਨ ਯੂ ਟਾਕ ਅਬਾਊਟ ਵਾਲੰਟੀਅਰਿੰਗ ਐਸ ਸੱਚ, ਕਿਉਂ ਤੁਸੀਂ ਮਹਿਸੂਸ ਕਰਦੇ ਹੋ ਕਿ ਵਾਲੰਟੀਅਰਿੰਗ ਬਹੁਤ ਜ਼ਰੂਰੀ ਹੈਗੀ ਹੈ? ਜਾਂ ਦੂਸਰਾ ਇਸ ਨਾਲ ਮੈਂ ਜੁੜ ਲਾਂ ਕਿ ਕਿਵੇਂ ਤੁਹਾਡਾ ਪਰਸਪੈਕਟਿਵ ਚੇਂਜ ਹੁੰਦਾ ਹੈ ਜਦੋਂ ਤੁਸੀਂ ਅਕੈਡਮਿਕ ਲਾਈਫ ਦੇ ਜਿਹੜਾ ਇੰਨਾ ਬਿਜ਼ੀ ਹੈਗੇ ਹੋ ਉਹਦੇ 'ਚੋਂ ਆਪਣਾ ਸਮਾਂ ਕੱਢ ਕੇ ਇਸ ਪਾਸੇ ਆਉਂਦੇ ਹੈਗੇ? ਸੋ ਆਈ ਥਿੰਕ ਸੇਵਾ ਕਰਨੀ ਸਾਡੀ ਕਮਿਊਨਿਟੀ 'ਚ ਜਿੰਨਾ ਬਹੁਤ ਵੱਡਾ ਜਿੰਨਾ ਇਸ਼ੂ ਆ, ਅਤੇ ਆਈ ਥਿੰਕ ਤੁਹਾਨੂੰ ਜਿੰਨਾ ਬਹੁਤ ਚੀਜ਼ਾਂ ਤੁਸੀਂ ਲਰਨ ਕਰਦੇ ਹਾਂ ਜਿਹੜੇ ਤੁਸੀਂ ਜਿੰਨਾ ਯੂਨੀਵਰਸਿਟੀ 'ਚ ਨਹੀਂ ਲਰਨ ਕਰ ਸਕਦੇ ਹਾਂ, ਕਿੱਦਾਂ ਜਿੰਨਾ ਪੀਪਲ ਨਾਲ ਡੀਲ ਕਰਨਾ, ਕਿੱਦਾਂ ਤੁਸੀਂ ਅਵੈਂਸ ਹੋਲਡ ਕਰਨੇ। ਸੋ ਆਈ ਥਿੰਕ ਯੂ ਹੈਵ ਅ ਲੋਟ ਟੂ ਲਰਨ ਐਂਡ it's a great way of doing it. Right. And Sandeep, what has changed in you after you start volunteering, if I may ask you? Aam taur te assi sunne ke assi seva karde hain, jis tarah tusi kya seva sade ch ingrained hai, gurdware ch assi jaane utthon vi assi eh concept learn karne hai seva da, par kai vari oh confined reh jandi sirf apni hi community tak, yani ki gurdware ch seva assi kar li assi samjhde oh seva hai, jad ke bahar ja ke kuch hor karne oh seva nahi hegi. So how is it transferring amongst the youth, jade apne south asian youth nu tusi milde ho unnal university vich vi gallan bata hundiyan ne, ki perspective hai ga, what is going on unade minds vich, ki hai ga, what actually is seva? Well, sanu seva both important. Giving back to the community sanu seva, especially for the South Asians, young students that we meet. Jinnak vi assi back de sakde han ona assi kari janne han. And yes. Well, that's good. So hun har mahine tode koi na koi plans hunde hege ne, te ide vich kive tusi involve kare, kinne ko overall students involved ne, te nu kive tusi expand karan di soch rahe? So there's about 25 students in SAV right now.
However, jadon vi sade koi program hunda, assi always volunteers aste labde hunne. Ji. So we ask for volunteers based on our Instagram page, SavBC, mm-hmm. or this is saadi website te ja sakde hain, savbc.org. Te jede vi sade koi programs hunde, saade Facebook event te page hunde, te oho jada koi marji involve ho sakda. Right. ते हुन थोड़ा एक मेजर फंक्शन भी होने वाला है 19 तारीख को जोड़ा कर रहे हो ओदे बारे दसो की ओदे विच की होना किया गया सो बेसिकली जिंदा हेल्थ बारे असी जानकारी देनी है करके जिंदा कई जेडे साडे मापे दी उम्र दे आ उना दे सुरत जिंदा काम च ज्यादा रहंदी है पर अपनी सेहत बारे बहुता ख्याल नहीं करदे सो उना ले असी जिंदा जानकारी देना चाहंदे हां हेल्थ बारे सो तंदुरुस्त रहन सो बेसिकली ओहो अगले महीने मार्च 19 एट 11 एएम रॉयल किंग पैलेस ते ਹੁਣਾਇਆ ਤੇ ਮੈਂ ਜਿੰਦਾ ਸਾਰਿਆਂ ਨੂੰ ਬੇਨਤੀ ਕਰਦਾ ਜ਼ਰੂਰ ਆਉਣ ਅਤੇ ਫਾਇਦਾ ਉਠਾਉਣ ਸੋ ਇਹਦੇ ਸੰਦੀਪ ਕੀ ਹੋਏਗਾ ਕੀ ਲਾਈਕ ਜਦੋਂ ਤੁਸੀਂ ਕਹਿੰਦੇ ਹੋ ਕਿ ਵੱਡਿਆਂ ਵਾਸਤੇ ਇੱਥੇ ਇਨਫੋਰਮੇਸ਼ਨ ਹੋਏਗੀ ਕਿ ਕੋਈ ਬੂਥਸ ਲੱਗਣਗੇ ਕੋਈ ਸਪੀਕਰਸ ਹੋਣਗੇ ਕੀ ਹੋਏਗਾ ਨੋ ਦੇ ਵਿਲ ਬੀ ਸਪੀਕਰਸ ਤੇ ਅਸੀਂ ਨੋਟਿਸ ਕੀਤਾ ਵੇ ਕਈ ਪ੍ਰੋਬਲਮਸ ਹੈਗੇ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਸੱਚ ਐਜ਼ ਹਾਈ ਬਲੱਡ ਪ੍ਰੈਸ਼ਰ ਹਾਈ ਕੋਲੈਸਟ੍ਰੋਲ ਡਾਇਬੀਟੀਜ਼ ਜੀ ਤੇ ਉੱਥੇ ਉਹ ਜਿਹੜੇ ਵੀ ਆਉਣਗੇ ਉਹਨਾਂ ਉਹ ਲਰਨ ਕਰਨਗੇ ਵੇ ਤੁਸੀਂ ਨਿਊਟ੍ਰੀਸ਼ਨ ਤੇ ਐਕਸਰਸਾਈਜ਼ ਦੇ ਨਾਲ ਇਹ ਪ੍ਰੋਬਲਮਸ ਅਸੀਂ ਕਿਵੇਂ ਫਿਕਸ ਕਰ ਸਕਦੇ ਹਾਂ ਕੀ ਸਾਹਿਬ ਇਹ ਵੀ ਸੋਚ ਰਹੇ ਕਿਉਂਕਿ ਇੱਕ ਕ੍ਰਾਈਸਿਸ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਆਫਕੋਰਸ ਆਲਵੇਜ਼ ਦੇਰ ਹੈਜ਼ ਬੀਨ ਅ ਜਨਰੇਸ਼ਨ ਗੈਪ ਹੁੰਦਾ ਹੀ ਹੈਗਾ ਪਰ ਉਸ ਦੇ ਨਾਲ ਨਾਲ ਜੋ ਅਸੀਂ ਦੇਖ ਰਹੇ ਹਾਂ ਕਿ ਬਜ਼ੁਰਗਾਂ ਦਾ ਅਤੇ ਬੱਚਿਆਂ ਦਾ ਜਿਹੜਾ ਤਾਲਮੇਲ ਉਹ ਘੱਟਦਾ ਜਾ ਰਿਹਾ ਹੈਗਾ ਪਹਿਲਾਂ ਹੁੰਦੀਆਂ ਸੀ ਹੋਮੋਜੀਨਸ ਯੂਨਿਟਸ ਹੁੰਦੀਆਂ ਸੀ ਪਰਿਵਾਰ ਇਕੱਠੇ ਰਹਿੰਦੇ ਸੀ ਹੁਣ ਵਿਦ ਜਿਸ ਤਰ੍ਹਾਂ ਲਾਈਫ ਸਟਾਈਲ ਆ ਰਿਹਾ ਉਸ ਦੇ ਵਿੱਚ ਅਲੱਗ ਅਲੱਗ ਹੋ ਰਹੇ ਹੈਗੇ ਨੇ ਕੀ ਤੁਸੀਂ ਸਮਝਦੇ ਹੋ ਕਿ ਸੈਵ ਕੈਨ ਆਲਸੋ ਪਲੇ ਅ ਰੋਲ ਇਨ ਬ੍ਰਿਜਿੰਗ ਦਾ ਗੈਪ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਇਹੋ ਜਿਹੇ ਵੀ ਪ੍ਰੋਗਰਾਮ ਤੁਸੀਂ ਸੋਚਦੇ ਹੋ ਜਿੱਥੇ ਕਿ ਕੁਝ ਪੇਰੈਂਟਿੰਗ ਸਕਿੱਲਸ ਬਾਰੇ ਜਾਂ ਕੁਝ ਬਜ਼ੁਰਗਾਂ ਦੀ ਜਿਹੜਾ ਐਕਸਪੀਰੀਅੰਸ ਹੈ ਜਾਂ ਤੁਹਾਡਾ ਜਿਹੜਾ ਵਿਜ਼ਨ ਹੈਗਾ ਇਸ ਨੂੰ ਇਕੱਠਾ ਕਰਕੇ ਕਿੱਥੋਂ ਲਿਆਂਦਾ ਜਾਵੇ ਆਫ ਕੋਰਸ ਐਂਡ ਆਈ ਥਿੰਕ ਵੇ ਇਵਨ ਤੁਹਾਡਾ ਸ਼ੋਅ ਤੇ ਰੈਡ ਐਫ ਐਮ ਡੂ ਅ ਰੀਲੀ ਗੁੱਡ ਜੌਬ ਆਫ ਡੂਇੰਗ ਦੈਟ ਐਂਡ ਜੇ ਸਾਵ ਇਹ ਇਸ ਦੇ ਨਾਲ ਇਨਵੋਲਵ ਹੋ ਸਕਦੇ ਇਟ ਬੀ ਅ ਗ੍ਰੇਟ ਓਪਰਚੁਨਿਟੀ ਈਵਨ ਟੂ ਗਿਵ ਬੈਕ ਟੂ ਆਰ ਪੇਰੈਂਟਸ ਦੈਨ ਟੂ ਰਾਈਟ ਟੂ ਮੇਕ ਦਮ ਅੰਡਰਸਟੈਂਡ ਵੇ ਗੈਪ ਕਾਤੋਂ ਆ ਆਪਾਂ ਉਹ ਫਿਕਸ ਕਿਵੇਂ ਕਰ ਸਕਦੇ ਹਾਂ ਠੀਕ ਅੱਛਾ ਇੱਕ ਹੋਰ ਚੀਜ਼ ਜਿਹੜੀ ਆਉਂਦੀ ਆਪਣੇ ਸਾਡੀ ਸੋਚ ਹੈਗੀ ਪੇਰੈਂਟਸ ਦੀ ਉਹ ਇਹ ਹੁੰਦੀ ਹੈ ਕਿ ਬੱਚਾ ਜਦੋਂ ਪੜ੍ਹ ਰਿਹਾ ਤੁਸੀਂ ਸਿਰਫ ਫੋਕਸ ਕਰੋ ਪੜ੍ਹਾਈ ਦੇ ਉੱਤੇ ਹੀ ਇਹ ਫਜ਼ੂਲ ਕੰਮ ਨਾ ਕਰੋ ਸੋਸ਼ਲ ਐਕਟੀਵਿਟੀਜ਼ ਵਗੈਰਾ ਉਹਦੇ ਮਤਲਬ ਜ਼ਰੂਰ ਦੱਸੋ ਜਿਹੜੇ ਪੇਰੈਂਟਸ ਆ ਸਾਡੇ ਪ੍ਰੋਗਰਾਮ ਵਾਚ ਕਰ ਰਹੇ ਨੇ ਕਿਉਂਕਿ ਤੁਸੀਂ ਯੂਨੀਵਰਸਿਟੀ ਫਰੈਸ਼ ਯੂਨੀਵਰਸਿਟੀ ਗ੍ਰੈਜੂਏਟ ਹੈਗੇ ਹੋ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੇਰੈਂਟਸ ਨੂੰ ਖਾਸ ਤੌਰ ਉੱਤੇ ਕਿਉਂ ਜ਼ਰੂਰੀ ਹੈ ਕਿ ਆਪਣੇ ਬੱਚਿਆਂ ਨੂੰ ਇਸ ਪਾਸੇ ਪਾਇਆ ਜਾਵੇ ਜ਼ਰੂਰੀ ਹੈ ਕਰਕੇ ਜੇ ਤੁਸੀਂ ਸਿਰਫ ਜਿੰਨਾ ਅਕੈਡਮਿਕਸ 'ਚ ਤੁਸੀਂ ਰਹਿੰਦੇ ਹਾਂ ਤੁਸੀਂ ਜਿੰਨਾ ਵੈਲਰਾਊਂਡਡ ਪਰਸਨ ਨਹੀਂ ਬਣਦੇ ਸੋ ਤੁਸੀਂ ਬੁੱਕ ਸਮਾਰਟਸ ਹਾਂ ਪਰ ਤੁਹਾਨੂੰ ਜਿੰਦਾ ਲੋਕਾਂ ਨਾਲ ਡੀਲ ਕਰਨਾ ਜਿੰਦਾ ਜਾ ਕੇ ਪ੍ਰੈਜੈਂਟੇਸ਼ਨਸ ਦੇਣੇ ਇਹ ਚੀਜ਼ਾਂ ਤੁਸੀਂ ਜਿੰਦਾ ਬੁੱਕ ਤੋਂ ਨਹੀਂ ਲਰਨ ਕਰ ਸਕਦੇ ਰਾਈਟ ਸੋ ਪ੍ਰੈਕਟੀਕਲ ਐਕਸਪੀਰੀਅੰਸ ਯਾ ਪ੍ਰੈਕਟੀਕਲ ਐਕਸਪੀਰੀਅੰਸ ਯਾ ਰਾਈਟ ਸੋ ਸੰਦੀਪ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਸੇਮ ਥਿੰਗ ਜਿਵੇਂ ਗੈਰੀ ਨੇ ਕਿਹਾ ਇਫ ਤੁਸੀਂ ਸਿਰਫ ਸਕੂਲ ਬਾਰੇ ਸੋਚਣਾ ਸਕੂਲ ਦੇ ਵਿੱਚ ਹੀ ਰਹਿਣਾ ਅਤੇ ਕਮਿਊਨਿਟੀ ਦੇ ਇਨਵੋਲਵ ਵਿੱਚ ਹੋਣਾ ਦੈਨ ਯੂ ਡੋਂਟ ਹੈਵ ਅ ਵੈਲਰਾਊਂਡਡ ਹੋਲਿਸਟਿਕ approach right. to yourself yeah it was a pleasure talking to you yep. thank you and best wishes and ask karde ki tusi sare naujawan jehde hege ho community da naam hor roshan karoge jehde plans programs leke aa rahe ho usde vich agge kamyab ho taaki assi ek aisa system create kar sakiye jis vich ke of course sade bahut sare negative cheezan vi ho riyan ne ode khatam karke assi positivity inni vadha diye ki automatically us side le jao thank you and best wishes thank you welcome